ਤਾਂ ਵਿਦੇਸ਼ੋਂ ਜਹਾਜ਼ ਚੜ੍ਹ ਕੇ ਆਪਣੀ ਜ਼ਮੀਨ ਬਚਾਉਣ ਦੇ ਲਈ NRI ਆਪਣੇ ਸ਼ਹਿਰ ਦੇ ਵਿੱਚ ਆਉਂਦਾ ਹੈ, ਕਿਉਂਕਿ ਉਸਦਾ ਆਪਣਾ ਹੀ ਭਰਾ ਉਸਦੀ ਜ਼ਮੀਨ ਦੇ ਉੱਤੇ ਨਾਜਾਇਜ਼ ਕਬਜ਼ਾ ਕਰਨਾ ਚਾਹੁੰਦਾ ਸੀ। ਤਾਂ ਖੇਤਾਂ ਦੇ ਵਿੱਚ ਬੀਜੀ ਫਸਲ ਨੂੰ ਉਸਦਾ ਭਰਾ ਵੱਢਣ ਦੀ ਕੋਸ਼ਿਸ਼ ਕਰ ਰਿਹਾ ਸੀ। ਤਾਂ ਇਸ ਤੋਂ ਪਹਿਲਾਂ NRI ਪੁਲਿਸ ਦੇ ਕੋਲ ਪਹੁੰਚਦਾ ਹੈ ਅਤੇ ਆਪਣੇ ਭਰਾ ਦੀ ਸ਼ਿਕਾਇਤ ਦਰਜ ਕਰਵਾਉਂਦਾ ਹੈ, ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚਦੀ ਹੈ ਅਤੇ ਜਿਹੜੇ ਲੋਕ ਕਣਕ ਦੀ ਕਟਾਈ ਕਰ ਰਹੇ ਸੀ ਉਹਨਾਂ ਨੂੰ ਉੱਥੇ ਹੀ ਰੋਕ ਦਿੰਦੀ ਹੈ। ਤਾਂ ਦੱਸਦੇ ਕਿ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ, ਜਿੱਥੇ ਇੱਕ NRI ਨੇ ਆਪਣੇ ਭਰਾ ਦੇ ਉੱਤੇ ਉਸਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਦੇ ਇਲਜ਼ਾਮ ਲਗਾਏ ਨੇ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸਦੀ ਸ਼ਿਕਾਇਤ 'ਤੇ ਪਰਚਾ ਦਰਜ ਕਰ ਲਿਆ ਜਾਂਦਾ ਹੈ ਅਤੇ ਮੌਕੇ 'ਤੇ ਜਿਹੜੀ ਉਸਦੀ ਜ਼ਮੀਨ 'ਤੇ ਕਟਾਈ ਹੋ ਰਹੀ ਹੁੰਦੀ ਹੈ ਉਸ ਨੂੰ ਰੋਕ ਦਿੱਤਾ ਜਾਂਦਾ ਹੈ। ਤਾਂ ਆਪਣਾ ਹੀ ਭਰਾ ਵੇਖੋ ਕਿਵੇਂ ਜ਼ਮੀਨ ਦੇ ਪਿੱਛੇ ਸਾਰੇ ਰਿਸ਼ਤੇ ਭੁੱਲ ਜਾਂਦਾ ਹੈ। ਤਾਂ ਇਸ ਸੰਬੰਧੀ NRI ਨੇ ਦੱਸਿਆ ਕਿ ਇਹ ਜ਼ਮੀਨ ਉਸਦੀ ਅਤੇ ਉਸਦੇ ਮਾਤਾ ਦੇ ਨਾਮ 'ਤੇ ਹੈ ਸਾਰੀ ਜ਼ਮੀਨ, ਜਿਸ 'ਤੇ ਕਿ ਉਸਦਾ ਸਕਾ ਭਰਾ ਕਬਜ਼ਾ ਕਰਨਾ ਚਾਹੁੰਦਾ ਸੀ। ਤਾਂ ਉਸਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਜ਼ਮੀਨ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਸੀ। ਤਾਂ ਕੁਝ 7 ਕਿੱਲੇ ਉਸਦੇ ਭਰਾ ਦੇ ਨਾਮ ਆਏ, ਜਦਕਿ 6 ਕਿੱਲੇ ਉਸਦੇ ਨਾਮ 'ਤੇ ਆਏ ਸੀ। ਤਾਂ ਪਿਤਾ ਦੀ ਮੌਤ ਤੋਂ ਬਾਅਦ ਉਸਨੇ ਆਪਣੀ ਮਾਤਾ ਨੂੰ ਘਰੋਂ ਕੱਢ ਦਿੱਤਾ ਸੀ। ਤਾਂ ਇਹ NRI ਇੰਗਲੈਂਡ ਦੇ ਵਿੱਚ ਰਹਿੰਦਾ ਸੀ, ਜਿਸ ਤੋਂ ਬਾਅਦ ਉਹ ਆਪਣੀ ਮਾਤਾ ਨੂੰ ਵੀ ਇੰਗਲੈਂਡ ਦੇ ਵਿੱਚ ਲੈ ਜਾਂਦਾ ਹੈ। ਪਰ ਉਸਦਾ ਭਰਾ ਉਸਦੀ ਹੀ ਜ਼ਮੀਨ ਦੇ ਉੱਤੇ ਹੁਣ ਕਬਜ਼ਾ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ। ਤਾਂ ਉਹ ਵਿਦੇਸ਼ ਤੋਂ ਜਹਾਜ਼ ਚੜ੍ਹ ਕੇ ਵਾਪਸ ਆਪਣੇ ਪਿੰਡ ਆਉਂਦਾ ਹੈ ਅਤੇ ਫਿਰ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾ ਦਿੰਦਾ ਹੈ। ਤਾਂ ਸ਼ਿਕਾਇਤ 'ਤੇ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਮਾਮਲਾ ਦਰਜ ਕਰ ਲਿਆ ਗਿਆ। ਤਾਂ ਉਹਨਾਂ ਦੇ ਵੱਲੋਂ ਮੌਕੇ 'ਤੇ ਪਹੁੰਚ ਕੇ ਉਸਦੇ ਭਰਾ ਨੂੰ ਵੀ ਕਾਬੂ ਕਰ ਲਿਆ ਗਿਆ। ਤਾਂ ਦੱਸ ਦਈਏ ਕਿ NRI ਸੀ ਜਿਸਦੀ ਕਿ ਜ਼ਮੀਨ 'ਤੇ ਕਣਕ ਦੀ ਫਸਲ ਬੀਜੀ ਹੋਈ ਸੀ, ਤਾਂ ਉਸਦੀ ਕਟਾਈ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ NRI ਦੇ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਪਰਚਾ ਦਰਜ ਕਰਕੇ ਉਸਨੂੰ ਕਾਬੂ ਕਰ ਲਿਆ ਗਿਆ। ਰਾਜ ਕੌਰ ਆ, ਮੈਂ ਬਰਾਜਪੁਰ ਦੇ ਰਹਿਣ ਵਾਲੀ ਹਾਂ ਅਤੇ ਮੇਰੇ ਘਰ ਵਾਲੇ ਦਾ ਨਾਂ ਸੁਖਪਾਲ ਸਿੰਘ ਵਾ। ਮੇਰੇ 2 ਬੱਚੇ ਆ, ਇੱਕ ਤਜਿੰਦਰ ਸਿੰਘ ਵਾ, ਗੁਰਜਿੰਦਰ ਸਿੰਘ। ਜਿਹੜਾ ਗੁਰਜਿੰਦਰ ਸਿੰਘ ਉਹ ਇੰਗਲੈਂਡ ਦੇ ਰਹਿਣ ਵਾਲਾ ਵਾ, ਜਿਹੜਾ ਤਜਿੰਦਰ ਵਾ ਉਹ ਇੰਡੀਆ ਰਹਿੰਦਾ ਵਾ ਘਰ ਵਿੱਚ। ਉਹਦੇ ਉਹਨੇ ਮੈਨੂੰ 7 ਕਿੱਲੇ ਵਾਹੁਣ ਨੂੰ ਦਿੱਤੇ ਸੀ, ਪੰਚਾਇਤ ਨੇ ਫੈਸਲਾ ਕਰਤਾ ਸੀ, ਤੇ ਗੁਰਜਿੰਦਰ ਸਿੰਘ ਨੂੰ ਮੈਂ 6 ਕਿੱਲੇ ਦਿੱਤੇ ਸੀ ਤੇ ਉਹਨੇ ਮੈਨੂੰ ਕੁਛ ਨਹੀਂ ਦਿੱਤਾ ਤੇ ਮੈਂ ਗੁਰਜਿੰਦਰ ਸਿੰਘ ਨੂੰ ਪੈਲੀ ਦਿੱਤੀ ਤੇ ਉਹਦੀ ਵੰਡ ਚ ਜਿਹੜੀ ਸੀ ਇਹਨੇ ਉਹਦਾ ਕਬਜ਼ਾ ਮਾਰਨਾ ਸ਼ੁਰੂ ਕਰਤਾ। ਗੁਰਜਿੰਦਰ ਸਿੰਘ ਨੇ ਇਹਦੀ ਪੈਲੀ ਵੱਲ ਵੇਖਿਆ ਨਹੀਂ ਜਿਹੜੀ ਇਹਨੂੰ ਵੰਡ ਦਿੱਤੀ ਸੀ, ਇਹ ਆਪਣੀ ਵੰਡ ਵਾਹਵੇ ਤੇ ਇਹ ਵਾਹਵੇ। ਇਹਨੇ ਕੀ ਕੀਤਾ ਵੀ ਇਹਨੇ ਗੁਰਜਿੰਦਰ ਸਿੰਘ ਵਾਲੀ ਪੈਲੀ ਚ ਵੀ ਕਬਜ਼ਾ ਕਰਨ ਪੈ ਗਿਆ। ਇਹ ਮੈਨੂੰ ਧਮਕੀਆਂ ਦਿੰਦਾ ਸੀ ਵੀ ਮਾਤਾ ਸਾਰੀ ਪੈਲੀ ਮੈਂ ਲੈਣੀ ਆ, ਮੈਂ ਬਿਮਾਰ ਹੋ ਗਈ, ਮੈਂ ਇਹਨੂੰ ਆਉਂਦੀ ਰਹੀ। ਮੈਨੂੰ ਕਹਿੰਦਾ ਵੀ ਮੈਨੂੰ ਕੋਈ ਕੀ ਕਰ ਲੂਗਾ, ਮੈਂ ਨਹੀਂ ਦਵਾਈ ਦਵਾਉਂਦਾ। ਇਹਨੇ ਮੈਨੂੰ ਬਹੁਤ ਗਾਲ ਵਾਧਾ ਕੀਤਾ, ਕੁੱਟਿਆ ਮੈਨੂੰ। ਫਿਰ ਇਹਨੇ ਮੈਨੂੰ ਘਰ ਵਾਲੀ ਨੂੰ ਮੈਂ ਆਖਿਆ, ਘਰ ਵਾਲੀ ਵੀ ਆਉਂਦੀ ਸਾਨੂੰ ਕੋਈ ਕੀ ਕਰ ਲੂਗਾ, ਨਹੀਂ ਦਵਾਈ ਦਵਾਉਣੀ। ਫਿਰ ਮੈਂ ਆਪਣੇ ਵੀਰ ਨੂੰ ਦੱਸਿਆ, ਮੇਰਾ ਵੀਰ ਆਇਆ, ਇਹਨੇ ਆਖਿਆ ਇਹਨੂੰ ਦਵਾਈ ਦਵਾ, ਕਿਉਂ ਨਹੀਂ ਦਵਾਉਂਦਾ, ਫਿਰ ਜੇ ਉਹ ਇਲਾਜ ਕਰਾਊਗਾ ਫਿਰ ਉਹਨੇ ਖੜਨੀ ਆ, ਫਿਰ ਤੂੰ ਇਲਾਜ ਕਰਾਉਣਾ, ਫਿਰ ਚੀਕਾਂ ਮਾਰਨੀਆਂ ਤੂੰ। ਤੇ ਇਹਨੇ ਕਿਹਾ ਵੀ ਮੈਂ ਇਹਨੂੰ ਨਹੀਂ ਲੋੜ ਮਾਂ ਦੀ, ਇਹਨੂੰ ਲੈ ਜਾਓ ਇੱਥੋਂ। ਮੇਰੇ ਵੀਰ ਨੂੰ ਹਮਕੀ ਧਮਕੀ ਬਹੁਤ ਇਹਨੇ ਬੋਲਿਆ। ਮੈਨੂੰ ਮੇਰਾ ਵੀਰ ਰੋਂਦੀ ਕਲਾਂਦੀ ਨੂੰ ਗੱਡੀ ਕਰਕੇ ਆ ਕੇ ਮੈਨੂੰ ਲੈ ਆਇਆ। ਲਿਆ ਕੇ ਮੈਨੂੰ ਫਿਰ ਗੁਰਜਿੰਦਰ ਸਿੰਘ ਨੂੰ ਦੱਸਿਆ ਵੀ ਤੇਰੀ ਮਾਤਾ ਬਹੁਤ ਬਿਮਾਰ ਵਾ ਅਤੇ ਮੇਰੇ ਪੁੱਤ ਗੁਰਜਿੰਦਰ ਸਿੰਘ ਨੇ ਪੈਸੇ ਭੇਜੇ, ਕਹਿੰਦਾ ਮਾਮਾ ਜੀ ਤੁਸੀਂ ਮੰਮੀ ਨੂੰ ਅੰਮ੍ਰਿਤਸਰ ਦਾਖਲ ਕਰਾਓ ਅਤੇ ਮੈਂ ਹੋਰ ਪੈਸੇ ਭੇਜਦਾ, ਮੇਰੀ ਮੰਮੀ ਨੂੰ ਕੁਛ ਹੋ ਨਾ ਜਾਵੇ ਅਤੇ ਮੈਂ ਇਲਾਜ ਕਰਾਊਂਗਾ। ਇਹਨਾਂ ਮੈਨੂੰ ਨਾ ਕੋਈ ਮੇਰਾ ਵੰਡ 'ਚ ਦਿੱਤਾ ਪੈਸਾ ਨਾ ਧੇਲਾ, ਅਤੇ ਮੈਨੂੰ ਇਹਨਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ।
ਪਰੇ ਪੰਚਾਇਤ ਮੇਰਾ ਭੈਣ ਭਰਾ ਸਾਰੇ ਮੇਰਾ ਪਤਾ ਲੈਣ ਅੰਮ੍ਰਿਤਸਰ ਜਾਂਦੇ ਰਹੇ। ਮੈਂ 15 ਦਿਨ ਇੱਕ ਰਹੀ, 15 ਫੇਰ ਮੈਂ ਦਾਖਲ ਰਹੀ। ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ। ਮੇਰੇ ਪੁੱਤ ਦਾ 3-4 ਲੱਖ ਰੁਪਇਆ ਮੇਰੇ ਉੱਤੇ ਲੱਗ ਗਿਆ। ਮੇਰੀਆਂ ਅੱਖਾਂ ਖਰਾਬ ਹੋ ਗਿਆ। ਮੇਰੇ ਪੁੱਤ ਨੇ ਮੇਰੀਆਂ ਅੱਖਾਂ ਵੀ ਬਣਵਾਈਆਂ। ਇਹਨਾਂ ਨੂੰ ਪੰਚਾਇਤ ਨੇ ਸਾਰਿਆਂ ਨੇ ਭੈਣ ਭਰਾਵਾਂ ਨੇ ਆਖਿਆ ਵੀ ਆਪਣੀ ਮਾਤਾ ਨੂੰ ਜਾ ਕੇ ਲੈ ਆ। ਇਹਨੇ ਕਿਹਾ ਮੈਨੂੰ ਕੋਈ ਲੋੜ ਨਹੀਂ ਮਾਤਾ ਦੀ, ਮਾਤਾ ਮੈਂ ਨਹੀਂ ਲਿਆਉਣੀ। ਫਿਰ ਮੇਰੇ ਵੀਰ ਨੇ ਆਖਿਆ ਲੈ ਜਾ ਆਪਣੀ ਮਾਂ ਨੂੰ ਤੇ ਫਿਰ ਤੈਨੂੰ ਵੀ ਪੈਲੀ ਲਾ ਦੂਗੀ ਤੇ ਉਹਨੂੰ ਵੀ ਲਾ ਦੂ, ਦੋਵਾਂ ਨੂੰ ਲਾ ਦੂਗੀ। ਇਹਨੇ ਨਹੀਂ ਵਿਸ਼ਵਾਸ ਕੀਤਾ। ਜੇ ਇਹਨੂੰ ਨਹੀਂ ਮੈਂ ਲਾ ਕੇ ਦਿੱਤੀ, ਇਹਨੂੰ ਵਾਹੁਣ ਨੂੰ ਦਿੱਤੀ ਸੀ 7 ਕਿੱਲੇ, ਮੇਰੇ ਘਰ ਤੇ ਇਹਨੇ ਕਬਜ਼ਾ ਕੀਤਾ। ਸਾਨੂੰ ਅਸੀਂ ਮਾਂ ਪੁੱਤ ਕਿਤੇ ਰਹਿੰਦੇ, ਕਦੀ ਕਿਤੇ ਰਹਿੰਦੇ ਹਾਂ। ਮੇਰੇ ਰਹਿਣ ਨੂੰ ਥਾਂ ਨਹੀਂ ਸੀ। ਮੇਰਾ ਬੇਟਾ ਮੈਨੂੰ ਲੈ ਆਇਆ ਗੁਰਜਿੰਦਰ ਸਿੰਘ ਤੇ ਇਹ ਕਿਸੇ ਦੇ ਆਖੇ ਨਹੀਂ ਲੱਗਾ। ਤੇ ਬਾਕੀ ਆਹ ਜਿਹੜੀ ਜ਼ਮੀਨ ਆ ਇਹ ਮੇਰੇ ਮਾਤਾ ਦੀ ਤੇ ਮੇਰੇ ਨਾਂ ਤੇ ਆ। ਇਸ ਜ਼ਮੀਨ ਤੇ ਇਹ ਜ਼ਮੀਨ ਆ ਜੀ 6 ਕਿੱਲੇ ਤੇ ਕੋਈ 1 ਕਨਾਲ ਨਹੀਂ ਆ ਕੁਛ ਸਮਥਿੰਗ। ਤੇ ਮੇਰਾ ਭਰਾ ਵਾ ਕੁਝ ਲੋਕਲ ਬੰਦੇ ਹੋਰ ਆ ਇੱਥੇ 3-4 ਦਾ ਟਰਾਈ ਕਰ ਚੁੱਕਿਆ ਕਬਜ਼ਾ ਕਰਨ ਦੀ। ਇਹ 1-6 ਮਹੀਨੇ ਵਿਹਲੀ ਵੀ ਛੱਡੀ ਮੈਂ, ਮੇਰੇ ਠੇਕੇ ਉਦੋਂ ਭੱਜ ਗਏ ਸੀ ਅਤੇ ਮੈਂ ਝੋਨੇ ਫਸਲ ਉਦੋਂ ਵੀ ਨਹੀਂ ਲਾਈ ਸੀ। ਉਸ ਤੋਂ ਬਾਅਦ ਮੈਂ ਕਣਕ ਬੀਜਣ ਲੱਗੇ ਅਤੇ ਕਣਕ ਬੀਜੀ, ਉਹਨਾਂ ਨੇ ਸਾਰਾ ਕੀਤਾ, ਇਹ ਬੰਦੇ ਆ ਕੇ ਵਾਹੁਣ ਲੱਗੇ, ਕੋਸ਼ਿਸ਼ ਕੀਤੀ। ਫਿਰ ਮੈਂ ਇੰਗਲੈਂਡ ਤੋਂ ਸਪੈਸ਼ਲ ਆਣ ਕੇ FIR ਦਰਜ ਕਰਵਾਈ ਅਤੇ FIR ਦਰਜ ਕਰਵਾਉਣ ਤੋਂ ਬਾਅਦ ਉਹਨਾਂ 'ਤੇ 18/24 FIR ਦਰਜ ਹੋਈ। ਚਲੋ ਇਹਨਾਂ ਨੇ 86 ਦਬਾਣਾ ਜੋ ਵੀ ਕੋਈ ਕਰਕੇ ਉਹ 40 ਬੰਦੇ ਤੋਂ ਘਟਾ ਕੇ ਬੰਦੇ 1-2 ਦੇ ਪਰਚਾ ਹੋਇਆ ਅਤੇ ਬਾਕੀ ਅਣਪਛਾਤੇ ਫਿਰ ਪਾ ਦਿੱਤੇ ਗਏ। ਚਲੋ ਉਹ ਫੇਰ ਹੋਇਆ, ਉਦੋਂ ਮੈਂ ਚਲਾ ਗਿਆ ਕਣਕ ਬੀਜੀ, ਚਲੋ ਠੇਕੇ ਵਾਲਿਆਂ ਨੂੰ ਦਿੱਤੀ ਸੀ ਅਤੇ ਉਹ ਵੀ ਕਹਿਣ ਲੱਗ ਪਏ ਚਲੋ ਠੀਕ ਹੈ। ਫਿਰ ਵੀ ਬਾਅਦ 'ਚ ਉਸ ਤੋਂ ਬਾਅਦ ਠੇਕੇ ਵਾਲੇ ਪਾਣੀ ਪੂਣੀ ਲਾਉਂਦੇ, ਮੈਂ ਵੀ ਆਇਆ 4-5 ਮੈਂ ਇੱਥੇ ਰਿਹਾ ਵਾਂ, 2-3 ਨਾਲ ਗਿਆ ਫਿਰ ਆਇਆ ਅੱਜੋਂ ਝੋਨੇ ਸੀਜ਼ਨ ਤੋਂ ਆਇਆ। ਉਸ ਤੋਂ ਬਾਅਦ ਫਿਰ ਅਸੀਂ ਕਣਕ ਬੀਜੀ ਸੀ, ਜਦੋਂ ਵਾਹੁਣ ਆਏ ਉਹ ਤੋਂ ਬਾਅਦ ਫਿਰ ਵੀ ਬੀਜੀ ਪਾ ਕੇ ਹੁਣ ਇਹ ਕਣਕ ਵੱਢਣ ਆ ਗਏ। ਉੱਧਰ ਕੁਦਰਤੀ ਮੈਂ 1 ਦਿਨ ਪਹਿਲਾਂ ਇੱਥੇ ਆਇਆ ਵਾਂ ਅਤੇ ਔਨ ਦਾ ਸਪੋਰਟ ਇਹਨਾਂ ਨੂੰ ਮੈਂ 112 'ਤੇ ਕਾਲ ਕਰਕੇ ਇਹਨਾਂ ਨੂੰ ਫੜਾਇਆ ਅਤੇ ਫਿਰ ਉਹ ਫੜੇ ਗਏ ਮੌਕੇ 'ਤੇ, ਕੁਝ ਭੱਜ ਗਏ ਕੁਝ ਫੜੇ ਵੀ ਗਏ। ਫਿਰ ਇਹਨਾਂ ਦੇ ਬਾਏ ਨੇ FIR ਦਰਜ ਹੋਈ। FIR ਦਰਜ ਹੋਣ ਤੋਂ ਬਾਅਦ ਸਰ ਇਹ ਫਿਰ ਮੈਂ ਕਣਕ ਵੱਢਣ ਆਇਆ, ਮੈਂ ਕਣਕ ਨਹੀਂ ਕਣਕ ਨਹੀਂ ਵੱਢਣੀ ਆ ਬੇਸਿਕਲੀ ਜੋ ਮਰਜ਼ੀ ਆ। ਅਤੇ ਇੱਥੇ 15-20 ਜਣੇ ਆ ਗਏ, ਇੱਥੇ ਜਾਣ ਕੇ ਮਸ਼ੀਨ ਦੇ ਗਾੜੀ ਖਲੋ ਗਏ। ਮੈਂ ਫਿਰ 112 'ਤੇ ਕਾਲ ਕੀਤੀ ਆ, ਜਦੋਂ 112 'ਤੇ ਕਾਲ ਕੀਤੀ ਆ ਅਤੇ ਇੱਥੇ ਪੁਲਿਸ ਆ ਗਈ, ਪੁਲਿਸ ਆਈ ਆ ਅਤੇ ਉਹਨਾਂ ਨਾਲ ਜਿਹੜਾ ਬੰਦੇ ਸੀ ਜਿਹੜੇ ਭਗੌੜੇ ਸੀ ਉਹ ਵੀ ਇੱਥੇ ਆ ਗਏ ਅਤੇ ਉਹ ਨਾਲ ਬੰਦੇ ਸੀ ਨਾਲ ਕੈਮਰੇ ਵਾਲੇ ਜਿਹੜੇ ਆਪੇ ਹੀ ਉਹਨਾਂ ਨੇ ਨਾਈਫ ਮਾਰਨਾ ਸ਼ੁਰੂ ਕਰਤਾ ਅਤੇ ਉਹ ਮੌਕੇ 'ਤੇ ਔਨ ਦੇ ਸਪੋਰਟ ਪੁਲਿਸ ਨੇ ਫੜ ਲਿਆ, ਅਰੈਸਟ ਕਰ ਲਿਆ ਉਹਨਾਂ ਨੂੰ ਅਤੇ ਉਹਨਾਂ ਨੂੰ ਲੈ ਗਏ ਆ। ਬਾਕੀ ਕੋਈ ਇਹ ਜ਼ਮੀਨ 'ਚ ਕੋਈ ਕਾਗਜ਼ਾਂ 'ਚ ਕੋਈ ਫਰਕ ਹੋਵੇ ਤਾਂ ਦੱਸਣ। ਕੱਲ੍ਹ ਪਰਸੋਂ ਮੀਡੀਆ 'ਤੇ ਕਹਿ ਰਹੇ ਸੀ ਕਿ ਅਸੀਂ ਜਨਵਰੀ 'ਚ ਜਦੋਂ ਕਣਕ ਬੀਜੀ ਔਰ ਰਜਿਸਟਰੀ ਹੋਈ ਆ, ਰਜਿਸਟਰੀ 2022 ਦੀ ਜੀ ਸਰ। ਇਹਨੇ ਡੱਕੀ ਵੀ ਸੀ ਉੱਥੇ, ਇੰਤਕਾਲ ਡੱਕੀ ਵੀ ਸੀ, ਪਰ ਮੇਰੀ ਮਾਤਾ ਨੇ ਜਾ ਕੇ SDM ਸਾਹਿਬ ਦੇ ਬਿਆਨ ਦੇ ਕੇ ਫਿਰ ਮੇਰਾ ਇੰਤਕਾਲ ਦਰਜ ਹੋਇਆ। ਮਾਤਾ ਜੀ ਮੇਰੇ ਇੰਗਲੈਂਡ ਰਹਿੰਦੇ, ਪਹਿਲਾਂ ਮਾਤਾ ਜੀ ਇਹਨਾਂ ਰਹਿੰਦੇ ਸੀ ਅਤੇ ਮਾਤਾ ਜੀ ਨੇ ਇਹਨਾਂ ਨੇ ਘਰੋਂ ਕੱਢਤਾ। ਜਿਹੜੀ ਇਹ ਜ਼ਮੀਨ ਆ ਇਹ ਮੈਂ NRI ਹਾਂ, ਪਲੀਜ਼ ਮੇਰੀ ਜਾਨ ਮਾਲ ਦੀ ਸੁਰੱਖਿਆ ਕੀਤੀ। ਸਰਕਾਰ ਅੱਗੇ ਮੇਰੀ ਬੇਨਤੀ ਆ ਕਿ ਪਲੀਜ਼ ਇਹ 'ਤੇ ਮੈਨੂੰ ਜੋ ਵੀ ਮੇਰੀ ਬਣਦੀ ਕਾਰਵਾਈ ਆ ਉਹ ਹੋਵੇ ਅਤੇ ਬਾਕੀ ਮੇਰੀ ਜਾਨ ਮਾਲ ਦੀ ਸੁਰੱਖਿਆ ਅਤੇ ਮੇਰੀ ਜ਼ਮੀਨ ਦੀ ਸੁਰੱਖਿਆ ਕੀਤੀ ਜਾਵੇ। ਮੈਂ ਗੌਰਮੈਂਟ ਇਹ ਮੈਂ NRI ਹਾਂ, ਪਲੀਜ਼ ਮੇਰੀ ਜਾਨ ਮਾਲ ਦੀ ਸੁਰੱਖਿਆ ਕੀਤੀ। ਸਰਕਾਰ ਅੱਗੇ ਮੇਰੀ ਬੇਨਤੀ ਆ ਕਿ ਪਲੀਜ਼ ਇਹ 'ਤੇ ਮੈਨੂੰ ਜੋ ਵੀ ਮੇਰੀ ਬਣਦੀ ਕਾਰਵਾਈ ਆ ਉਹ ਹੋਵੇ ਅਤੇ ਬਾਕੀ ਮੇਰੀ ਜਾਨ ਮਾਲ ਦੀ ਸੁਰੱਖਿਆ ਅਤੇ ਮੇਰੀ ਜ਼ਮੀਨ ਦੀ ਸੁਰੱਖਿਆ ਕੀਤੀ ਜਾਵੇ। ਮੈਂ ਗੌਰਮੈਂਟ ਸਰਕਾਰ ਲਈ ਉਹੀ ਬਹੁਤ ਭਾਅ ਜੀ ਧਮਕੀਆਂ ਆ ਰਹੀਆਂ ਕਿ ਠੇਕੇ ਵਾਲੇ ਨੂੰ ਨਹੀਂ ਲੈਣ ਦੇਣਦਾ ਅਤੇ ਨਾ ਕਿਸੇ ਨੂੰ ਪਾਉਂਦਾ। ਇਹ ਵੀ ਕੋਸ਼ਿਸ਼ ਕਰ ਰਿਹਾ ਕਿ ਮੈਂ ਛੱਡ ਕੇ ਭੱਜਾਂ, ਬਹੁਤ ਟਰਾਈ ਕਰ ਰਿਹਾ, ਜਦਕਿ ਉੱਧਰ ਜ਼ਮੀਨ ਵਾਹ ਵੀ ਰਿਹਾ, ਵੱਧ ਵਾਹ ਰਿਹਾ ਵਾ, ਘੱਟ ਨਹੀਂ ਵਾਹ ਰਿਹਾ। ਉਸ 'ਤੇ ਤੁਹਾਨੂੰ ਵਿਖਾ ਵੀ ਸਕਦਾ, ਮੈਂ ਮੌਕੇ 'ਤੇ ਜਾ ਕੇ ਵਿਖਾ ਦਿੰਦਾ। ਇੱਥੇ ਭਰਾ ਦਾ ਨਾਮ ਮੈਂ ਤਜਿੰਦਰ ਸਿੰਘ ਆ,
ਜਿਹੜੇ ਪਹਿਲਾਂ ਵੀ ਜਿਹਨਾਂ ਦੇ ਦਰਜ ਹੋਏ ਆ ਉਹ ਵੀ ਚਲੋ ਮੇਰੇ ਕਜ਼ਨ ਹੀ ਆ ਇੱਕ ਹਿਸਾਬ ਦੇ, ਅਤੇ ਉਹ ਵੀ ਕਜ਼ਨ ਹੀ ਆ ਮੇਰੇ ਨਾਲ, ਉਹਨਾਂ ਦੇ ਕਾਫੀ ਆ, ਕੁਝ ਲੋਕਲ ਗੁੰਡੇ ਵੀ ਆ ਜਿਹੜੇ ਮਾਫੀ ਆ, ਉਹ ਕਹਿ ਰਹੇ ਮਹਿੰਗੀ ਆ ਮਹਿੰਗੀ ਆ ਜ਼ਮੀਨ, ਇੱਕੋ ਹੀ ਗੱਲ ਕਰੀ ਜਾਂਦੇ ਆ। ਬਾਕੀ ਜਿਹੜੀ ਗੱਲ ਆ, ਪੇਪਰ ਮੇਰੇ ਕੋਲ ਆ, ਗਰਦੌਰੀਆਂ ਮੇਰੇ ਕੋਲ ਆ, ਕਬਜ਼ਾ ਮੇਰੇ ਕੋਲ ਆ ਕਾਗਜ਼ਾਂ 'ਚ। ਹਾਂਜੀ, ਗੁਰਜਿੰਦਰ ਸਿੰਘ ਅਤੇ ਤਜਿੰਦਰ ਸਿੰਘ ਦੋਨੋਂ ਭਰਾ ਨੇ, ਸੁਖਪਾਲ ਸਿੰਘ ਦੇ ਬੇਟੇ ਨੇ। ਫਾਦਰ ਦੀ ਇਹਨਾਂ ਦੀ ਡੈਥ ਹੋ ਗਈ ਸੀਗੀ। ਮਦਰ ਜੋ ਹੈ ਇਹ ਗੁਰਜਿੰਦਰ ਸਿੰਘ ਪਾਸ ਜੋ NRI ਹੈ, ਇੰਗਲੈਂਡ ਰਹਿ ਰਹੀ ਹੈ। ਇਹਨਾਂ ਦਾ ਕੀ ਆਪਸੀ ਸਹਿਮਤੀ ਹੋਈ ਸੀਗੀ, ਟੋਟਲ ਇਹਨਾਂ ਦੀ 13 ਕਿੱਲੇ ਜ਼ਮੀਨ ਸੀ, ਜੋ 7 ਕਿੱਲੇ ਤਜਿੰਦਰ ਸਿੰਘ ਵਾਹੁੰਦਾ ਸੀਗਾ, 6 ਕਿੱਲੇ ਜੋ NRI ਹੈਗਾ ਗੁਰਜਿੰਦਰ ਸਿੰਘ ਉਹਦੇ ਹਿੱਸੇ ਆਈ ਸੀਗੀ। ਉਹਦੇ ਵਿੱਚੋਂ 4 ਕਿੱਲੇ ਉਹਦੀ ਮਾਲਕੀ ਹੈ, 2 ਕਿੱਲੇ ਉਹਦੀ ਮਦਰ ਦੇ ਨਾਮ ਆ, ਮਦਰ ਵੀ ਉਹਦੇ ਕੋਲ ਇੰਗਲੈਂਡ ਰਹਿ ਰਹੀ ਹੈ। ਉਹ ਅੱਗੇ ਠੇਕੇ 'ਤੇ ਦਿੱਤੀ ਹੋਈ ਸੀ ਜ਼ਮੀਨ, NRI ਹੋਣ ਕਰਕੇ ਉਹ ਬਾਹਰ ਰਹਿੰਦਾ ਸੀ ਅਕਸਰ ਹੀ। ਤਜਿੰਦਰ ਸਿੰਘ ਦਾ ਕੀ ਸੀਗਾ, ਇਹਨਾਂ ਦਾ ਇਸ਼ੂ ਚੱਲਦਾ ਸੀਗਾ ਕਿ ਤਜਿੰਦਰ ਸਿੰਘ ਕਹਿੰਦਾ ਸੀ ਮੇਰੇ ਨਾਮ 'ਤੇ ਰਜਿਸਟਰੀ ਹੋਵੇ, ਇਸੇ ਕਰਕੇ ਉਹ ਬਾਰ ਬਾਰ ਉਹਨਾਂ ਦੀ ਜਿਹੜੀ 6 ਕਿੱਲੇ ਅਲਾਦੀਨਪੁਰ ਵਿਖੇ ਜ਼ਮੀਨ ਸੀਗੀ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ। ਹਰ ਛਮਾਈ ਜਦੋਂ ਫਸਲ ਬੀਜਣੀ ਹੁੰਦੀ ਆ ਜਾਂ ਫਸਲ ਵੱਢਣੀ ਹੁੰਦੀ ਆ, ਉਦੋਂ ਉੱਥੇ ਆ ਕੇ ਕੋਈ ਨਾ ਕੋਈ ਇਸ਼ੂ ਕ੍ਰੀਏਟ ਕਰਦਾ। ਉਹਦੇ ਸੰਬੰਧੀ ਪਹਿਲਾਂ ਵੀ FIR ਦਰਜ ਹੋਈ ਸੀਗੀ, ਇੱਕ 18 ਨੰਬਰ FIR ਦਰਜ ਹੋਈ ਸੀਗੀ ਜਦੋਂ ਕਣਕ ਬੀਜਣ ਸਮੇਂ ਹੋਈ ਸੀਗੀ। ਉਸ ਤੋਂ ਬਾਅਦ NRI ਨੇ ਹੀ ਕਣਕ ਬੀਜੀ ਸੀਗੀ ਉੱਥੇ, ਉਹਦੇ ਠੇਕੇ 'ਤੇ ਜਿਸ ਨੂੰ ਜ਼ਮੀਨ ਦਿੱਤੀ ਸੀ ਉਹਨਾਂ ਨੇ ਉਹ ਕਣਕ ਬੀਜੀ ਸੀਗੀ। ਹੁਣ ਜਦੋਂ ਕਣਕ ਦੀ ਕਟਾਈ ਹੋਣੀ ਸੀਗੀ ਉਹਨੇ ਫਿਰ ਆ ਕੇ ਉੱਥੇ ਇਸ਼ੂ ਕ੍ਰੀਏਟ ਕੀਤਾ, ਜੋ NRI ਵੱਲੋਂ ਕੰਪਲੇਂਟ ਵੀ ਦਿੱਤੀ ਗਈ ਉਸ 'ਤੇ। ਇਹ ਫਿਰ FIR ਨੰਬਰ 51 ਉਹ ਰਜਿਸਟਰ ਕੀਤੀ ਗਈ, ਜਿਹਦੇ ਵਿੱਚ ਕਿ ਉਹਨੇ ਉਹਦੀ ਜਿਹੜੀ ਮਾਲਕੀ ਜ਼ਮੀਨ ਸੀ ਜੋ ਉੱਥੇ ਹੀ ਉਹਦੀ ਕਣਕ ਬੀਜੀ ਸੀਗੀ, ਉਹਦੇ ਵਿੱਚੋਂ ਕੁਛ ਕਣਕ ਉਹਨੇ ਵੱਢ ਲਈ ਸੀਗੀ ਮਸ਼ੀਨ ਲਾ ਕੇ, ਬਾਅਦ ਵਿੱਚ ਰੋਕ ਦਿੱਤਾ ਗਿਆ ਸੀ, ਜਿਸ 'ਤੇ FIR ਨੰਬਰ 51 ਸਾਡੇ ਥਾਣੇ ਵਿੱਚ ਦਰਜ ਰਜਿਸਟਰ ਹੋ ਗਈ ਸੀ। ਉਹਦੇ ਵਿੱਚ 379-447 ਦੀ ਅੰਡਰਸੈਕਸ਼ਨ ਦਰਜ ਕੀਤੀ ਗਈ ਸੀਗੀ। ਉਸ ਵਿੱਚ ਜੋ ਤਜਿੰਦਰ ਸਿੰਘ ਹੈਗਾ ਸੀਗਾ ਉਹਦੀ ਕੋਈ ਬੇਲ ਵਗੈਰਾ ਨਹੀਂ ਹੋਈ ਸੀਗੀ, ਅਰੈਸਟ ਨਹੀਂ ਹੋਈ ਸੀਗੀ ਉਹਦੀ, ਜੋ ਕਿ ਹੁਣ ਦੁਬਾਰਾ ਜਦੋਂ NRI ਉਹ ਆਪਦੀ ਬਚੀ ਹੋਈ ਕਣਕ ਵੱਢਣ ਲਈ ਗਿਆ ਅਤੇ ਉਹ ਤਜਿੰਦਰ ਸਿੰਘ ਜੋ ਹੈ ਉੱਥੇ ਜਾ ਕੇ ਆਪਣੇ ਹੋਰ ਸਾਥੀਆਂ ਨਾਲ ਉਹਨੂੰ ਜਬਰੀ ਰੋਕਦਾ ਸੀਗਾ ਅਤੇ ਧਮਕੀਆਂ ਦਿੰਦਾ ਸੀ। ਬਾਅਦ ਵਿੱਚ ਪੁਲਿਸ ਪਾਰਟੀ ਵਿੱਚੋਂ ਮੈਂ ਵੀ ਮੌਕੇ 'ਤੇ ਗਿਆ, ਉਸ ਉੱਥੇ ਜਾ ਕੇ ਇਹਨਾਂ ਨੂੰ ਜਦੋਂ ਦੇਖਿਆ ਉੱਥੇ ਮੌਕੇ 'ਤੇ ਸਾਡਾ ਦੋਸ਼ੀ ਸੀਗਾ, ਅਸੀਂ ਉਹ ਦੋਸ਼ੀ ਅਰੈਸਟ ਕਰ ਲਿਆ, ਤਜਿੰਦਰ ਸਿੰਘ ਉਹਦੀ ਅਰੈਸਟ ਪਾਤੀ ਸੀਗੀ ਜੀ। ਉਹਦੇ ਵਿੱਚ NRI ਵੱਲੋਂ 2 ਨਾਮ ਹੋਰ ਲਿਖਾਏ ਗਏ ਸੀਗੇ, ਕੋਈ ਮਸ਼ੀਨ ਸੀ ਕਿਸੇ ਦੀ, ਕੋਈ ਟਰੈਕਟਰ ਸੀਗਾ, ਉਹਨਾਂ ਦਾ ਰੋਲ ਸਾਬਤ ਸਾਹਮਣੇ ਆਉਣ 'ਤੇ ਹੀ ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਜੇ ਇਸ ਤਰ੍ਹਾਂ ਹੁੰਦਾ ਕਿ ਕੋਈ ਕਿਰਾਏ 'ਤੇ ਮਸ਼ੀਨ ਲੈ ਜਾਂਦਾ ਬਟ ਅਗਲੇ ਦਾ ਕੋਈ ਰੋਲ ਨਹੀਂ ਹੁੰਦਾ ਗਾ ਇਸ ਖਿਲਾਫ਼, ਇਸ ਕਰਕੇ ਅਸੀਂ ਉਹਨਾਂ ਵਾਜਬ ਨਹੀਂ ਸਮਝਦੇ ਉਹਨਾਂ ਖਿਲਾਫ਼ ਕੋਈ ਉਸ ਤਰ੍ਹਾਂ ਦੀ ਕਾਰਵਾਈ ਕਰਨੀ ਹੈ। ਹਾਂਜੀ, ਉਹ NRI ਕੋਲ ਹੋਣੀਆਂ ਨੇ। ਐਕਚੁਅਲੀ ਕੀ ਹੈ, ਜਦੋਂ NRI ਆਪਣੀ ਗੁਰਜਿੰਦਰ ਸਿੰਘ ਆਪਣੀ ਜਿਹੜੀ ਬਚੀ ਹੋਈ ਕਣਕ ਵੱਢਣ ਗਈ ਗਿਆ ਉੱਥੇ ਦੁਬਾਰਾ ਫਿਰ ਉਹਨੂੰ ਧਮਕੀਆਂ ਵਗੈਰਾ ਦਿੱਤੀਆਂ ਅਤੇ ਉਹਨੇ ਫਿਰ ਸਾਨੂੰ ਇਤਲਾਹ ਦਿੱਤੀ ਕਿ ਇਸ ਤਰ੍ਹਾਂ ਕਰਕੇ ਇੱਕ ਤਾਂ ਮੈਂ FIR ਵੀ ਦਰਜ ਹੋਈ ਹੈ ਅਤੇ ਉਹ ਦੋਸ਼ੀ ਹੋ ਕੇ ਵੀ ਧਮਕੀਆਂ ਦੇ ਰਿਹਾ ਅਤੇ ਉੱਥੇ ਮੌਕੇ 'ਤੇ ਆ ਕੇ ਰੋਕਦਾ, ਸਾਡੇ ਵੱਲੋਂ ਉਹ ਕਾਰਵਾਈ ਕੀਤੀ ਗਈ ਸੀ।